श्री मुक्तसर साहिब विखे वख वख पिंडां दे किसानां वल्लों खेतां नूं बिजली मोटर सप्लाई ना मिलण कारण अज सब स्टेशन पिंड लुबाणिया वाली दा घिराओ कीता गया अते नारेबाजी भी कीती गई। अके होए किसानां ने रोड जाम भी कीता अते बिजली महकमे खिलाफ जम के नारेबाजी कीती। इस समय किसानां ने दस्सिया कि उन्हां दे खेतां नूं जाण वाली बिजली मोटर सप्लाई कई दिनों तो बंद है अते पिछले 7 दिनों दे विचों सिर्फ 3-4 घंटे ही बिजली छड्डी गई है अते उस दिन तो बाद खेतां वाली बिजली मोटर सप्लाई नहीं दिती। उन्होंने कहा कि पानी ना मिलन कारण साड़ियां कणकां दीआं फसलां सुकनियां शुरू हो गईआं हन जिसका बहुत ही ज़्यादा नुकसान है जिस करके उन्होंने मजबूरन धरना देना पै रहा है। उधर दूजे पासे संबंधित महकमे दे SDO ने दस्या कि कुछ दिनों तो थर्मल बंद होने करके बिजली बंद सी। साड़ी उच्च अधिकारियों नाल गलबात हो चुकी है, जल्द ही इन्हां दी मोटरां वाली बिजली सप्लाई दिती जाएगी। मेरा नाम गुरराज सिंह है, मेरा पिंड जग सिंह वाला। की तुसीं अज रोड जाम कीता, की कारण? कारण साडा ए आई कि 7 दिनों तो साडी AP जिहड़ी कि मोटरां वाली सप्लाई हुंदी आ 7 दिनों दे विच 3 घंटे चली आ। हुण जिवें कि तुहानूं पता किन्नी गर्मी पै रही आ, हरेक दी फसल नूं पानी दी लोड़ आ। जे उहनां नूं 2 दिनां दे विच विच वी पानी ना लग्गिआ तां हरेक दी फसल सुक जूगी। तो असीं SDO साहब नाल वी गल कीती आ, जैक्सिन साहब नाल वी गल कीती। ਉਹ ਕਹਿੰਦੇ ਕਿ ਸਾਨੂੰ ਪਿੱਛੋਂ ਪਾਵਰ ਕੱਟ ਦੇ ਮੈਸੇਜ ਆਈ ਜਾਂਦੇ ਆ ਪਟਿਆਲੇ ਤੋਂ। ਅਸੀਂ ਉੱਥੇ ਪਟਿਆਲਾ ਕਾਲ ਕੀਤੀ ਤਾਂ ਉਹ ਕਹਿੰਦੇ ਸਾਡਿਆਂ ਨੇ ਕੋਈ ਮੈਸੇਜ ਨਹੀਂ ਗਾ ਵੀ ਪਾਵਰ ਕੱਟ ਲਾਓ। ਸੋ ਤਾਂ ਕਰਕੇ ਸਾਨੂੰ ਲੱਗਿਆ ਵੀ ਇਹ ਤਾਂ ਸਾਨੂੰ ਮਿਸਗਾਈਡ ਕਰ ਰਹੇ ਆ ਜਾਂ ਮਿਸ ਸਾਡੇ ਆਪਸ ਦੇ ਵਿੱਚ ਸਹੀ ਸਾਨੂੰ ਲੱਗਿਆ ਨਹੀਂ ਕਿ ਵੀ ਇਹ ਸਾਨੂੰ ਜਾਣ ਕੇ ਗਲਤ ਜਾਣਕਾਰੀ ਦੇਈ ਜਾਂਦੇ। ਸੋ ਤਾਂ ਕਰਕੇ ਅਸੀਂ ਰੋਡ ਜਾਮ ਕਰਤਾ। ਹੋਰ ਸਾਡਾ ਕੋਈ ਮਤਲਬ ਨਹੀਂ ਕਿ ਅਸੀਂ ਕਿਸੇ ਵੀ ਆਮ ਪਬਲਿਕ ਨੂੰ ਤੰਗ ਕਰੀਏ, ਅਸੀਂ ਤਾਂ ਕਰਕੇ ਰੋਡ ਜਾਮ ਕੀਤਾ। ਕਿ ਕਿੰਨੇ ਦਿਨਾਂ ਤੋਂ ਲਾਈਟ ਮਤਲਬ ਕਿ ਖਰਾਬ ਹੋ ਰਹੀ ਹੈ ਤੁਹਾਡੀ ਫਸਲ? 7 ਦਿਨ ਤੋਂ ਤਾਂ 3 ਘੰਟੇ ਚੱਲੀ ਆ ਜੀ। ਉਦੋਂ ਪਹਿਲਾਂ ਯਾਨੀ ਕਿ ਮੌਸਮ ਖਰਾਬ ਸੀਗਾ, ਉਦੋਂ ਕੋਈ 2-4 ਘੰਟੇ ਚੱਲ ਜਾਂਦੀ ਸੀ, ਉਦੋਂ ਕੋਈ ਪਾਣੀ ਲਾਉਂਦਾ ਨਹੀਂ ਸੀਗਾ। ਹੁਣ ਹਰੇਕ ਬੰਦੇ ਨੂੰ ਪਾਣੀ ਦੀ ਲੋੜ ਆ, ਜਿਵੇਂ ਆਪਾਂ ਸਾਰਿਆਂ ਨੂੰ ਪੰਜਾਬ 'ਚ ਪਤਾ ਹੀ ਆ ਕਿ ਲਾਸਟ ਪਾਣੀ ਆ। ਜੇ ਹੁਣ 2 ਦਿਨ ਪਾਣੀ ਨਾ ਲੱਗਿਆ ਤਾਂ ਫਸਲ ਸਾਡੀ ਉਹੀ ਖਰਾਬ ਹੋ ਜੂਗੀ, ਫਿਰ ਸਾਨੂੰ ਬਿਜਲੀ ਦੀ ਲੋੜ ਹੀ ਨਹੀਂ ਗੀ। ਉਦੋਂ ਬਾਅਦ ਅਸੀਂ ਬਿਜਲੀ ਉਹੀ ਬੰਦ ਕਰ ਦੇਣੀ, ਮੋਟਰਾਂ ਦੀਆਂ ਸੁੱਚਾਂ ਹੀ ਕੱਟ ਦਿੰਦੇ ਹਾਂ। ਹੁਣ ਤੁਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਸਰਕਾਰ ਤੋਂ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਸਾਡੀ ਜਲਦੀ ਤੋਂ ਜਲਦੀ ਲਾਈਟ ਚਾਲੂ ਕੀਤੀ ਜਾਵੇ। ਜਦੋਂ ਲਾਈਟ ਚਾਲੂ ਹੋ ਜੂਗੀ ਅਸੀਂ ਰੋਡ ਸਾਫ਼ ਕਰ ਦਿਆਂਗੇ। ਸਾਨੂੰ ਤਾਂ ਆਪ ਕੋਈ ਰੋਡ ਜਾਮ ਕਰਕੇ ਕੋਈ ਫਾਇਦਾ ਨਹੀਂ ਗਾ, ਬੈਨੀਫਿਟ ਨਹੀਂ। ਬਾਈ ਜੀ ਕੀ ਨਾਮ ਹੈ ਜੀ? ਬਾਈ ਮੇਰਾ ਨਾਮ ਨਰਭੈ ਸਿੰਘ ਆ। ਕਿੱਥੋਂ ਦੇ ਰਹਿਣ ਵਾਲੇ ਹੋ? ਕਾਨੇੜੀ ਪਿੰਡ ਆ ਜੀ ਆਪਣਾ। ਕੀ ਕਹਿਣਾ ਚਾਹੁੰਦੇ ਹੋ ਜੋ ਤੁਸੀਂ ਰੋਡ ਜਾਮ ਕੀਤਾ ਜੀ ਅੱਜ? ਰੋਡ ਜਾਮ ਅਸੀਂ ਇਸ ਕਰਕੇ ਕੀਤਾ ਜੀ ਕਿਉਂਕਿ ਸਾਨੂੰ 1 ਹਫ਼ਤਾ ਹੋ ਗਿਆ ਵੀ ਲਾਈਟ ਦੀ ਸਪਲਾਈ ਸਾਡੀ ਜਮ੍ਹਾਂ ਨਹੀਂ ਆ ਰਹੀ। ਠੀਕ ਹੈ, ਜਦੋਂ ਇੱਕ ਇਹਨਾਂ ਨੇ ਮੈਸੇਜ ਗਰੁੱਪ ਬਣਾਇਆ ਹੋਇਆ ਬਿਜਲੀ ਮਹਿਕਮੇ ਨੇ ਵੀ ਲਾਈਟ ਆ ਗਈ ਹੈ, ਸਪਲਾਈ ਸਾਨੂੰ ਮੈਸੇਜ ਕਰ ਦਿੰਦੇ ਆ ਪਰ ਉਹਦੀ ਲਾਈਟ ਚੱਲ ਨਹੀਂ ਰਹੀ। ਜੇ ਆ ਕੇ ਅਸੀਂ ਸਾਨੂੰ ਅੱਜ ਲਗਾਤਾਰ 4 ਦਿਨ ਹੋ ਗਏ ਆ SDO ਸਾਹਿਬ ਨੂੰ ਆ ਕੇ ਮਿਲੇ ਅਸੀਂ ਵੀ ਸਾਡੀ ਲਾਈਟ ਨਹੀਂ ਚੱਲਦੀ। ਸਾਨੂੰ ਇੱਥੇ ਇਹ ਕਹਿਣ ਦੇ ਲਾਰਾ ਲਾ ਕੇ ਵੀ ਤੁਸੀਂ ਅੱਜ ਤੁਹਾਡੀ ਸਪਲਾਈ 11:30 ਚਲਾ ਦਿਆਂਗੇ। ਸਾਨੂੰ ਲਗਾਤਾਰ 4 ਦਿਨ ਹੋ ਗਏ, ਅਸੀਂ ਡੇਲੀ ਆਉਂਦੇ, ਸਾਨੂੰ ਕਦੀ 4 ਵਜੇ ਕਹਿੰਦੇ ਆ, ਕਦੀ 11 ਵਜੇ ਕਹਿੰਦੇ, ਕਦੀ 9:30 ਕਹਿੰਦੇ ਆ ਕਿਉਂਕਿ ਸਾਡੀ ਜਿਹੜੀ ਕਣਕ ਆ ਉਹ ਜਮ੍ਹਾਂ ਮੱਚੀ ਪਈ ਹੈ। ਜੇ ਮੰਨ ਲਓ 2 ਦਿਨਾਂ ਉਹਨੂੰ ਪਾਣੀ ਨਾ ਲਾਇਆ ਜਾਊਗਾ ਅਤੇ ਜਦੋਂ ਇਹ ਸਪਲਾਈ ਦੇਣਗੇ ਆਪਦੀ ਮਰਜ਼ੀ ਨਾਲ, ਉਦੋਂ ਉਹ ਲਾਈਟ ਸਾਡੀ ਕਣਕਾਂ ਨੂੰ ਅੱਗ ਲਾਊਗੀ, ਕੋਈ ਪਾਣੀ ਨਹੀਂ ਲੱਗਣਾ। ਸਰ ਕੀ ਕਿੰਨੇ ਪਿੰਡਾਂ ਦੀ ਇੱਥੇ ਸੰਗਤ ਬਰਾਮਦ ਹੈਗੀ ਹੈ? ਇੱਥੇ 7 ਪਿੰਡਾਂ ਦੀ ਸੰਗਤ ਹੈ ਜਿਹੜੀ ਸਾਰੀ ਇੱਥੇ ਬੈਠੀ ਹੈ। ਸਾਰੇ ਪਿੰਡ ਇੱਥੇ ਮੌਜੂਦ ਹੈ ਜੀ। ਇੱਥੇ ਕਾਨੇ ਵਾਲੀ, ਕੁੱਕਰੀਆਂ, ਜੈਸੇ ਵਾਲਾ, ਮੁਕੰਦੇ ਵਾਲਾ, ਭੰਗੇ ਵਾਲਾ, ਸਾਰੇ ਪਿੰਡ ਇੱਥੇ ਮੌਜੂਦ ਹੈ ਜੀ। ਲਾਈਟ ਛੱਡਣ ਦੇ ਕਾਰਨ ਤਾਂ ਕਰਕੇ ਵੀ ਇੱਥੇ ਸਾਨੂੰ ਵੀ ਲਾਈਟ ਚੱਲੂਗੀ ਅਤੇ ਅਸੀਂ ਤਾਂ ਆਪਦੀਆਂ ਕਣਕਾਂ ਨੂੰ ਪਾਣੀ ਲਾ ਸਕਦੇ ਹਾਂ। ਕੋਈ ਐਸੇ ਹੈ ਸਾਡਾ, ਕੋਈ ਇਹ ਨਹੀਂ ਵੀ ਆ ਰੋਡ ਜਾਮ ਕਰ ਰਿਹਾ ਕਿਸੇ ਨੂੰ ਪਰੇਸ਼ਾਨ ਕਰਨਾ, ਸਾਡਾ ਇਹ ਮਕਸਦ ਨਹੀਂ ਹੈ। ਸਾਡਾ ਮਕਸਦ ਇਹ ਆ ਵੀ ਸਿਰਫ ਸਾਡੀ ਲਾਈਟ ਛੱਡੀ ਜਾਵੇ, ਕਿਉਂਕਿ ਜਿਹੜੇ ਵੀ ਫਾਲਟ ਹੈਗੇ ਆ ਉਹਨਾਂ ਫਾਲਟਾਂ ਨੂੰ ਸਹੀ ਕੀਤਾ ਜਾਵੇ। ਕਿਉਂਕਿ ਜਿਹੜੇ ਬਿਜਲੀ ਮਹਿਕਮੇ ਦੇ ਜਿਹੜੇ ਅਫਸਰ ਆ ਉਹ ਇੱਥੇ ਬੈਠੇ ਕਹਿੰਦੇ ਆ ਵੀ ਸਾਡਾ ਵੀ ਲਾਈਟ ਤੁਹਾਡੀ ਚੱਲ ਰਹੀ ਆ। ਬਿਜਲੀ ਮਹਿਕਮੇ ਦਾ ਕੋਈ ਬੰਦਾ ਸਾਡੇ ਉੱਥੇ ਖੇਤਾਂ ਵਿੱਚ ਜਾ ਕੇ ਕਿਸੇ ਵੀ ਮੰਨ ਲਓ ਖੰਭਾ ਪੋਲ ਜਿਹੜਾ ਕੋਈ ਵੀ ਆਪਣਾ ਹੈਗਾ ਉੱਥੇ ਚੈੱਕ ਨਹੀਂ ਕਰ ਰਿਹਾ, ਬਸ ਇੱਥੋਂ ਫਾਲਟ ਦਾ ਮੈਸੇਜ ਸਾਰਿਆਂ ਨੂੰ ਪਾ ਦਿੰਦਾ ਕਿਉਂਕਿ ਦੁਨੀਆ ਇੰਨੀ ਖਰਾਬ ਹੋ ਰਹੀ ਆ, 7 ਪਿੰਡਾਂ ਦੇ ਬੰਦੇ ਜਿਹੜੇ ਇੰਨੇ ਖਰਾਬ ਹੋ ਰਹੇ ਆ। ਸਾਨੂੰ ਅੱਕ ਕੇ ਇੱਥੇ ਆਉਣਾ ਪਿਆ, 4 ਦਿਨਾਂ 'ਚ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ। ਇੱਥੇ ਡੇਲੀ ਅਸੀਂ ਆਉਂਦੇ ਰਹੇ ਹਾਂ, ਸਾਨੂੰ ਲਾਰਾ ਲੱਗਿਆ ਰਿਹਾ, ਅੱਜ ਵੀ ਹੁਣ ਸਾਨੂੰ ਮੈਸੇਜ ਪੜਾ ਦਿਆ ਇਹ ਪਾਵਰ ਕੱਟ ਪਟਿਆਲੇ ਤੋਂ ਆ। ਜੇ ਪਾਵਰ ਕੱਟ ਪਟਿਆਲੇ ਤੋਂ ਆ, ਜਦੋਂ ਇਹ ਜਦੋਂ ਮੰਨ ਲਓ ਕੁੰਡੀਆਂ ਫੜਦੇ ਆ ਉਦੋਂ ਜਦੋਂ ਕਹਿੰਦੇ ਉਦੋਂ ਅਸੀਂ ਐਕਸ਼ਨ ਆਪ ਲੈ ਲੈਂਦੇ, ਉਦੋਂ ਪਟਿਆਲੇ ਤੋਂ ਐਕਸ਼ਨ ਲੈ ਕੇ ਆਉਂਦੇ ਜਦੋਂ ਸਾਡੀਆਂ ਕੁੰਡੀਆਂ ਫੜਦੇ ਆ। ਹੁਣ ਲਾਈਟ ਕਿਉਂ ਨਹੀਂ ਛੱਡਦੇ? ਇਹਨਾਂ ਦੀ ਆਪਦੀ ਮਰਜ਼ੀ ਚੱਲੂਗੀ। ਪਹਿਲਾਂ ਸਾਨੂੰ ਮੋਦੀ ਲੈ ਗਿਆ, ਹੁਣ ਪੰਜਾਬ ਸਰਕਾਰ, ਹੁਣ ਬਿਜਲੀ ਮਹਿਕਮਾ। ਜੇ ਨਾ ਹੱਲ ਹੋਇਆ ਅਸੀਂ ਇੱਥੋਂ ਧਰਨਾ ਨਹੀਂ ਚੱਕਣਾ, ਸਿੱਧਾ ਗੱਲ ਹੈ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ YouTube 'ਤੇ।